ਥੋੜਾ ਸਮਾਂ ਰਹਿ ਚੁੱਕਿਆ ਰਾਹੀ ਸਾਹਿਬ, ਕਿਉਂਕਿ ਦੋਸਤੋ ਆਪਣੀ ਗੱਲ ਜਿਹੜੀ ਹੈ ਕੈਨੇਡਾ ਤੇ ਆਸਟ੍ਰੇਲੀਆ ਬਾਰੇ ਹੋਈ ਹੈ, ਨਿਊਜ਼ੀਲੈਂਡ, ਸਿੰਗਾਪੁਰ, ਸਾਈਪ੍ਰਸ, ਸ਼ੈਂਗਨ, ਪੋਲੈਂਡ, ਇਹਨਾਂ ਕੰਟਰੀਜ਼ ਬਾਰੇ ਵੀ ਗੱਲਬਾਤ ਕਰਾਂਗੇ। ਸਿੰਗਾਪੁਰ ਨੂੰ ਭੇਜਣ ਦੇ ਵਿੱਚ ਆਰਐਸ ਗਲੋਬਲ ਦਾ ਬੜਾ ਵੱਖਰਾ ਨਜ਼ਰੀਆ, ਬੜੇ ਬੱਚੇ ਉੱਥੇ ਸੈਟਲ ਨੇ, ਬੜੇ ਬੱਚੇ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਵੀ ਤੁਹਾਡੇ ਰੂਬਰੂ ਕਰਾ ਚੁੱਕੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਰੂਬਰੂ ਕਰਾਵਾਂਗੇ। ਸਰ, ਸਿੰਗਾਪੁਰ ਦਾ ਤੁਹਾਡੇ ਪ੍ਰਤੀ, ਤੁਸੀਂ ਸਿੰਗਾਪੁਰ ਦੇ ਪ੍ਰਤੀ ਕੀ ਸੋਚਦੇ ਹੋ ਵੀ ਬੱਚਿਆਂ ਦਾ ਉੱਥੇ ਕਿਸ ਲੈਵਲ ਦਾ ਫਿਊਚਰ ਹੋ ਸਕਦਾ, ਕਿਸ ਲੈਵਲ ਦੇ ਬੱਚੇ ਉੱਥੇ ਸੈਟਲ ਹੋ ਸਕਦੇ ਨੇ? ਦੇਖੋ ਹਨੀ ਭਾਜੀ, ਨਜ਼ਰੀਆ ਹਰ ਇੱਕ ਬੱਚੇ ਦਾ ਆਪਣਾ ਹੁੰਦਾ। ਕੋਈ ਬੰਦੇ ਆਸਟ੍ਰੇਲੀਆ ਤੋਂ ਵੀ ਵਾਪਸ ਆਉਂਦੇ ਕਹਿੰਦੇ ਕੰਮ ਨਹੀਂ ਹੈਗਾ ਜਾਂ ਉੱਥੋਂ ਡਿਪੋਰਟ ਹੋ ਗਏ, ਕੋਈ ਬੰਦੇ ਕੈਨੇਡਾ ਤੋਂ ਵਾਪਸ ਵੀ ਆਏ, ਕੋਈ ਬੰਦੇ ਯੂਕੇ ਯੂਐਸਏ ਤੋਂ ਵਾਪਸ ਵੀ ਆਏ। ਸੋ ਉਹ ਹਰ ਇੱਕ ਬੰਦੇ ਦੀ ਆਪਣੀ ਕਿਸਮਤ, ਉਹਦਾ ਆਪਣਾ ਸੋਚ, ਉਹਦਾ ਆਪਣਾ ਨਜ਼ਰੀਆ, ਉਹਦਾ ਕੰਮ ਕਰਨ ਦਾ ਆਪਣਾ ਵਿਜ਼ਨ ਕਿ ਮੈਂ ਜ਼ਿੰਦਗੀ 'ਚ ਕਰਨਾ ਕੀ ਚਾਹੁੰਦਾ। ਜਿਹੜੇ ਬੱਚੇ ਸਹੀ ਸੋਚ, ਸਹੀ ਵਿਜ਼ਨ, ਆਪਣਾ ਸਹੀ ਟਾਰਗੇਟ ਲੈ ਕੇ ਚੱਲਦੇ ਆ, ਉਹ ਸਿੰਗਾਪੁਰ ਵਿੱਚ ਸੈਟਲ ਆ। ਮੈਂ ਇਸ ਮੰਚ ਤੋਂ ਆਪਣੇ ਫੇਸ ਟੂ ਫੇਸ ਜਦੋਂ ਮੇਰੇ ਕੋਲ ਦਫ਼ਤਰ ਵਿੱਚ ਕਲਾਇੰਟਸ ਆਉਂਦੇ ਨੇ, ਉਹਨਾਂ ਨੂੰ ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਕਿ ਲੋਕ ਤਾਂ ਆਪਣੇ ਲੱਗੇ ਵੀਜ਼ੇ ਦਿਖਾਉਂਦੇ ਆ, ਅਖਬਾਰਾਂ 'ਚ ਲਵਾ ਕੇ, ਟੀਵੀਆਂ 'ਚ ਲਵਾ ਕੇ। ਚਲੋ ਮੈਂ ਵੀ ਇਸ ਮੰਚ ਦੇ ਜ਼ਰੀਏ ਬਥੇਰੇ ਬੱਚਿਆਂ ਦੀਆਂ ਬਾਈਟਸ ਨੂੰ ਸੁਣਵਾਈਆਂ, ਬਟ ਸਿੰਗਾਪੁਰ ਲਈ ਮੈਂ ਕਹਿੰਦਾ ਵੀਜ਼ੇ ਲੱਗੇ ਵੀ ਨਾ ਵੇਖੋ, ਲੋਕਾਂ ਦੀਆਂ ਬਾਈਟਸ ਵੀ ਨਾ ਸੁਣੋ। ਜਿਹੜੇ ਬੱਚੇ ਮੇਰੇ ਗਏ ਨੂੰ 6 ਮਹੀਨੇ, 8 ਮਹੀਨੇ, 9 ਮਹੀਨੇ, ਸਾਲ ਹੋ ਚੁੱਕੇ ਆ, ਜਿਹੜੇ ਬੱਚੇ ਸਾਲ ਭਰ ਪੜ੍ਹਨ ਤੋਂ ਬਾਅਦ ਅੱਗੇ ਮਾਈਗ੍ਰੇਟ ਹੋ ਚੁੱਕੇ ਨੇ, ਉਹਨਾਂ ਦੇ ਨੰਬਰ ਲਓ, ਉਹਨਾਂ ਦੇ ਮਾਂ ਪਿਓ ਦੇ ਨੰਬਰ ਲਓ, ਉਹਨਾਂ ਨਾਲ ਫੇਸਬੁੱਕ ਆਈਡੀ ਲਓ, ਉਹਨਾਂ ਨਾਲ ਗੱਲਬਾਤ ਕਰੋ। ਜਿਹੜੇ ਬੱਚੇ ਉੱਥੇ ਪਹੁੰਚ ਚੁੱਕੇ ਨੇ ਉਹ ਵੀ, ਜਿਹੜੇ ਉੱਥੋਂ ਮਾਈਗ੍ਰੇਟ ਕਰ ਚੁੱਕੇ ਨੇ ਉਹ ਵੀ, ਜਿਹੜੇ ਬੱਚੇ ਉੱਥੇ 6 ਮਹੀਨੇ ਦੀ ਪੜ੍ਹਾਈ ਪੂਰੀ ਕਰਕੇ OJT ਤੇ ਆ ਚੁੱਕੇ ਨੇ ਉਹ ਵੀ, ਚਾਹੇ ਉਹ ਮਹੀਨਾ ਮਹੀਨਾ ਪੜ੍ਹਿਆ ਬੱਚਾ, ਚਾਹੇ 6 ਮਹੀਨੇ ਪੜ੍ਹਿਆ ਬੱਚਾ, ਚਾਹੇ ਸਾਲ ਪੜ੍ਹਿਆ ਬੱਚਾ, ਹਰ ਇੱਕ ਕੈਟਾਗਰੀ ਵਿੱਚ ਮੈਂ ਘੱਟੋ ਘੱਟ 5-5, 7-7, 10-10 ਨੰਬਰ ਦੇ ਦੂੰਗਾ। ਸਿੰਗਾਪੁਰ ਉਹ ਬੱਚੇ ਜਿਹੜੇ ਮੈਂ ਭੇਜੇ ਆ, ਅੱਜ 100% ਸੈਟਿਸਫਾਈਡ ਆ। ਉਹਦਾ ਇੱਕੋ ਕਾਰਨ ਹਨੀ ਭਾਅ ਜੀ, ਕਿਉਂਕਿ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਮੈਨੂੰ ਸਿੰਗਾਪੁਰ ਤੋਂ ਸ਼ਿਕਾਇਤ ਆ ਗਈ ਜਾਂ ਮੇਰੇ ਪ੍ਰਤੀ ਕੋਈ ਕੰਪਲੇਂਟ ਆ ਗਈ ਕਿ ਸਿੰਗਾਪੁਰ ਭੇਜਣ ਦਾ ਕੋਈ ਫਾਇਦਾ ਨਹੀਂ, ਇੱਥੇ ਨਾ ਆਇਓ, ਉਸ ਦਿਨ ਮੈਂ ਸਿੰਗਾਪੁਰ ਕੰਟਰੀ ਇਸੇ ਮੰਚ ਦੇ ਉੱਤੇ ਆ ਕੇ ਮੈਂ ਕਹੂੰਗਾ ਜੀ ਨਾ ਜਾਓ। ਬਟ ਫਿਲਹਾਲ ਰੱਬ ਦੀ ਕਿਰਪਾ ਨਾਲ, ਟੱਚਵੁੱਡ, ਪਿਛਲੇ 1 ਸਾਲ ਦਾ ਜੋ ਹੁਣ ਤੱਕ ਦਾ ਤਜਰਬਾ ਰਿਹਾ, ਕਿਸੇ ਇੱਕ ਬੱਚੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਸਿੰਗਾਪੁਰ ਮਾੜੀ ਕੰਟਰੀ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹਨੂੰ ਅੱਛੇ ਐਡੂ ਟਰਸਟ ਕਾਲਜ ਵਿੱਚ ਭੇਜਿਆ ਜਾਂਦਾ ਆਰਐਸ ਗਰੁੱਪ ਵੱਲੋਂ। ਕਾਰਨ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਸਿੰਗਾਪੁਰ ਨੂੰ ਸਿੰਗਾਪੁਰ ਦੱਸ ਕੇ ਭੇਜਿਆ ਜਾਂਦਾ ਹੈ। ਕੋਈ ਅਮਰੀਕਾ, ਕੈਨੇਡਾ ਵਰਗੇ ਉੱਥੇ ਡਾਲਰਾਂ ਦੀ ਨਹਿਰ ਵਗਦੀ ਪਈ ਅਤੇ ਬਾਲਟੀਆਂ ਭਰ ਭਰ ਇੰਡੀਆ ਸੁੱਟ ਦਿਓ, ਇਹ ਦਿਖਾ ਕੇ ਨਹੀਂ ਭੇਜਿਆ ਜਾਂਦਾ। ਕਾਰਨ ਇਹ ਹੈ ਕਿ ਉਸ ਬੱਚੇ ਨੂੰ ਉੱਥੇ ਇੱਕ ਕੋਈ ਰੋਜ਼ੀ ਪਿਕਚਰ ਬਣਾ ਕੇ ਨਹੀਂ ਭੇਜੀ ਜਾਂਦੀ, ਇੱਕ ਸੱਚਾਈ ਦੇ ਸ਼ੀਸ਼ੇ ਨਾਲ ਨਾਪ ਕੇ ਬਿਠਾ ਕੇ ਉਹਨੂੰ ਕਿਹਾ ਜਾਂਦਾ ਹੈ ਕਿ ਕਾਕਾ ਤੂੰ ਜਾ ਕੇ ਉੱਥੇ ਨੋਟ ਨਹੀਂ ਕਮਾਉਣੇ, ਪੈਸੇ ਨਹੀਂ ਕਮਾਉਣੇ, ਤੂੰ ਪੜ੍ਹਾਈ ਕਰਨ ਚੱਲਿਆ। ਸਿੰਗਾਪੁਰ ਉਹ ਬੱਚੇ ਮੈਂ ਭੇਜੇ ਆ ਜਿਹੜੇ ਬੱਚਿਆਂ ਦੇ 10-10 ਸਾਲ ਦੇ ਗੈਪ ਸੀਗੇ। ਸਿੰਗਾਪੁਰ ਉਹ ਬੱਚੇ ਭੇਜੇ ਆ ਜਿਹੜੇ ਘੱਟੋ ਘੱਟ 2-4-5 ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਸੀ। ਸਿੰਗਾਪੁਰ ਉਹ ਬੱਚੇ ਭੇਜੇ ਜਿਹੜੇ ਇੱਥੇ ਆਇਲਟਸ ਨਹੀਂ ਕਰ ਸਕਦੇ ਸੀ। ਸਿੰਗਾਪੁਰ ਉਹ ਬੱਚੇ ਭੇਜੇ ਆ ਜਿਹੜੇ ਬੱਚਿਆਂ ਦੇ ਮਾਂ ਪਿਓ ਉਹਨਾਂ ਦੇ 5-7-10 ਲੱਖ ਰੁਪਏ ਨਹੀਂ ਖਰਚ ਸਕਦੇ ਸੀ। ਐਂਡ ਇਹ ਚਾਰੇ ਤਰ੍ਹਾਂ ਦੇ ਕੈਟਾਗਰੀ ਦੇ ਬੱਚੇ ਅੱਜ ਉੱਥੇ ਜਾ ਕੇ ਸੈਟਿਸਫਾਈਡ ਆ, ਖੁਸ਼ ਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਕੋਲ ਇੰਡੀਆ ਤੋਂ ਇਲਾਵਾ ਹੁਣ ਕੀ ਹੋਰ ਜਗ੍ਹਾ ਬਚਦੀ ਨਹੀਂ, ਜਾਂ ਤਾਂ ਮੈਂ ਇੱਥੇ ਕੋਈ 5-7-10 ਹਜ਼ਾਰ ਦੀ ਨੌਕਰੀ ਕਰਾਂ ਅਤੇ ਜਾਂ ਮੈਂ ਸਿੰਗਾਪੁਰ 'ਚ ਅੱਜ 6 ਮਹੀਨੇ ਤੋਂ ਬਾਅਦ OJT ਵਿੱਚ ਘੱਟੋ ਘੱਟ $1,000 ਅਤੇ ਰੁਪਏ ਤੱਕ ਕਮਾਊਂਗਾ। ਦੱਸੋ ਕਿਹੜੀ ਪੜ੍ਹਾਈ ਤੁਹਾਨੂੰ 6 ਮਹੀਨੇ ਬਾਅਦ 50,000 ਦਾ ਇੱਕ ਗਰੰਟਡ ਤੁਹਾਨੂੰ ਪੈਕੇਜ ਦਿੰਦੀ ਹੈ, ਪਲੱਸ ਤੁਹਾਡੇ ਹੱਥੀਂ ਤੁਹਾਡੇ ਜਿਹੜਾ ਤੁਹਾਨੂੰ ਹੋਸਪਿਟੈਲਿਟੀ ਦਾ ਜਾਂ ਕਮਰਸ਼ੀਅਲ ਕੁਕਰੀ ਦਾ ਜਾਂ ਫੂਡ ਐਂਡ ਬੈਵਰੇਜ ਦਾ ਜਿਹੜਾ ਡਿਪਲੋਮਾ ਕਰ ਲਿਆ ਉਹਦਾ ਹੁਨਰ ਵੱਖਰਾ, ਇੱਕ ਅੱਛੇ ਹੋਟਲ ਤੋਂ ਤਜਰਬਾ ਲੈ ਲਿਆ, ਐਕਸਪੀਰੀਅੰਸ ਲੈ ਲਿਆ, ਉਹ ਵੱਖਰਾ। ਅੱਜ ਜਿਹੜੇ ਬੱਚੇ ਸਿੰਗਾਪੁਰ ਜਾਂਦੇ ਆ, ਬਥੇਰੇ ਬੱਚੇ ਦਿਮਾਗ 'ਚ, ਬਹੁਤ ਸਾਰੀਆਂ ਫੋਰਮਾਂ ਨੇ। ਟਾਈਮ ਖਤਮ ਹੋ ਜਾ ਰਿਹਾ, ਅਗਲੇ ਸ਼ੋਅ 'ਚ ਫਿਰ ਕੰਟੀਨਿਊ ਕਰੂੰਗਾ। ਜੇ ਫਿਰ ਵੀ ਗੱਲਾਂ ਰਹਿ ਜਾਣ, ਦਾਵਾ ਕਰਦਾ ਇੱਕ ਵਾਰ ਦਫ਼ਤਰ ਆ ਜਾਓ, ਬੈਠ ਕੇ 5-10 ਮਿੰਟ ਚਾਹ ਕੌਫੀ ਦਾ ਕੱਪ ਪੀਵਾਂਗੇ, ਉਹਨਾਂ 10 ਮਿੰਟਾਂ 'ਚ ਭੁਲੇਖੇ ਨਾ ਕੱਢ ਦਿੱਤੇ ਨਾ ਅਤੇ ਮੇਰਾ ਨਾਂ ਵਟਾ ਦਿਓ। ਕਿਉਂ? ਕਿਉਂਕਿ ਇਹ ਗੱਲ ਮੈਂ ਠੋਕ ਵਜਾ ਕੇ ਤਾਂ ਕਹਿ ਸਕਦਾ ਕਿ ਮੇਰੇ ਕੋਲ ਪੱਲੇ ਕੁਛ ਹੈਗਾ, ਮੇਰੇ ਕੋਲ ਪੱਲੇ ਪ੍ਰੂਫ ਹੋਏ ਆ, ਮੇਰੇ ਕੋਲ ਉਹਨਾਂ ਬੱਚਿਆਂ ਦੇ ਭੇਜੇ ਹੋਏ ਜਿਹੜੇ ਮੈਂ ਬੱਚੇ ਭੇਜੇ ਉਹਨਾਂ ਦੇ ਮੇਰੇ ਕੋਲ ਪ੍ਰਤੱਖ ਪ੍ਰਮਾਣ ਪਏ ਆ, ਸਕਸੈਸ ਸਟੋਰੀਜ਼ ਮੇਰੇ ਕੋਲ ਪਈਆਂ ਨੇ। ਉਹਨਾਂ ਬੱਚਿਆਂ ਦੇ ਨੰਬਰ ਲਓ, ਉਹਨਾਂ ਨਾਲ ਗੱਲਬਾਤ ਕਰੋ, ਮੇਰੇ 'ਤੇ ਵੀ ਯਕੀਨ ਨਾ ਕਰੋ। ਸੋ ਸਿੰਗਾਪੁਰ ਉਹ ਬੱਚੇ ਜਾਣ ਜਿਹੜੇ 6 ਮਹੀਨੇ ਪੜ੍ਹ ਕੇ, 6 ਮਹੀਨੇ ਟ੍ਰੇਨਿੰਗ ਕਰਕੇ ਸਾਲ ਬਾਅਦ ਆਪਣਾ ਫਿਊਚਰ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, US ਵਰਗੇ ਕੰਟਰੀ 'ਚ ਵੇਖਣਾ ਚਾਹੁੰਦੇ ਆ, ਜਾਂ ਫਿਰ ਸਿੰਗਾਪੁਰ ਵਿੱਚ ਹੀ, ਕਿਉਂਕਿ ਸਿੰਗਾਪੁਰ 'ਚ ਐਜੂਕੇਸ਼ਨ ਸਸਤੀ ਹੈ। ਤੁਸੀਂ ਆਸਟ੍ਰੇਲੀਆ ਪੜ੍ਹਨ ਜਾਂਦੇ ਹੋ, ਸਾਲ ਦੀ ਲਗਭਗ $20-22 ਫੀਸ ਹੈ, $10-12 ਲੱਖ ਬਣਦੀ ਹੈ। ਸਿੰਗਾਪੁਰ 'ਚ ਸਾਲ ਦੀ ਫੀਸ ਤੁਹਾਡੀ ਘੱਟੋ ਘੱਟ 3-3.5 ਲੱਖ ਰੁਪਈਆ, ਜੇ ਵਧੀਆ ਕਾਲਜ ਦੀ ਵੀ ਦੇਖ ਲਾ ਮੈਂ। ਸੋ ਸਿੰਗਾਪੁਰ 'ਚ ਐਜੂਕੇਸ਼ਨ ਕਰਕੇ ਡਿਗਰੀ ਲੈ ਕੇ ਸਿੰਗਾਪੁਰ 'ਚ ਐਸ ਪਾਸ ਲਓ, ਸਿੰਗਾਪੁਰ 'ਚ ਈ ਪਾਸ ਲਓ। ਬੜੀ ਚਿੰਗਮ ਸਿੰਗਾਪੁਰ 'ਚ ਬੈਨ ਹੈ, ਚਿੰਗਮ ਜਿਹਨੂੰ ਆਪਾਂ ਬਬਲ ਗਮ ਕਹਿੰਦੇ ਹਾਂ। ਕੰਟਰੀ ਦੇ ਵਿੱਚ ਤੁਹਾਨੂੰ ਇੰਟਰਨੈਟ ਪੈਸੇ ਦੇਣ ਦੀ ਲੋੜ ਨਹੀਂ, ਵਾਈਫਾਈ ਆਪਣੇ ਮੋਬਾਈਲ 'ਤੇ ਕਨੈਕਟ ਕਰੋ ਅਤੇ ਜਿੱਥੇ ਮਰਜ਼ੀ ਯੂਜ਼ ਕਰੋ। ਬਥੇਰੀਆਂ ਇਹੋ ਜਿਹੀਆਂ ਅੱਛੀਆਂ ਫੈਸਿਲਿਟੀ, ਸਰਕਾਰ ਇੰਨੀ ਸਿੱਕ ਹੈ, ਜਿਹੜੇ ਬੱਚੇ ਸਿਟੀਜ਼ਨ ਦੇ ਜੰਮਦੇ ਨੇ, ਚਾਹੇ ਮੁੰਡਾ ਚਾਹੇ ਕੁੜੀ, ਉਹ ਪਹਿਲੇ ਬੱਚੇ ਨੂੰ, ਮੁੰਡੇ ਨੂੰ ਫੀ, ਮਤਲਬ ਮੇਲ ਨੂੰ, ਉਹ ਫੌਜ ਵਿੱਚ ਭਰਤੀ ਕਰਾਉਂਦੇ ਕਿ ਇੰਨਾ ਦੇਸ਼ ਪ੍ਰਤੀ ਉਹਨਾਂ ਵਿੱਚੋਂ ਇੱਕ
ਮਿਲ ਰਿਹਾ ਜਾਂ ਉੱਥੇ ਆ ਨਹੀਂ ਹੈਗਾ ਉਹਦੇ ਪਿੱਛੇ ਕਾਰਨ ਦੇਖੋ ਕਾਰਨ ਕੀ ਹੈ ਆਪਣੇ ਕੰਸਲਟੈਂਟਸ ਵੱਲੋਂ ਦਿਖਾ ਭਾਜੀ ਤੁਸੀਂ 3000 ਦੇ ਕਾਲੇ ਵਿੱਚ ਭੇਜ ਦੋਗੇ ਬੱਚੇ ਕੋ 4 ਲੱਖ ਰੁਪਏ ਜਾਂ 3 ਲੱਖ ਰੁਪਏ ਲੈ ਕੇ ਬੱਚੇ ਨੂੰ ਉੱਥੇ ਜਾ ਕੇ ਪੜ੍ਹਾਈ ਨਹੀਂ ਪੂਰੀ ਹੋਈ ਕਾਲੇ ਬੰਦ ਹੋ ਗਿਆ ਓਜੀਟੀ ਨਹੀਂ ਲੱਗੀ ਟ੍ਰੇਨਿੰਗ ਨਹੀਂ ਲੱਗੀ ਬੱਚਾ ਕੀ ਕਰ ਲੂਗਾ ਉੱਥੇ ਸੋ ਜਦੋਂ ਚੰਗੇ ਕਾਲੇ ਚੂਜ਼ ਕਰਦੇ ਹੋ ਕਦੇ ਵੀ ਪਛਤਾਉਂਗੇ ਨਹੀਂ ਅੱਜ ਦੀ ਡੇਟ ਵਿੱਚ ਸਭ ਤੋਂ ਬੈਸਟ ਕੰਟਰੀ ਵਿਦਆਊਟ ਆਇਲਸ ਘੱਟ ਫੀਸ ਨੋ ਇੰਟਰਵਿਊ 99% ਸਕਸੈਸ ਰੇਟ ਮਹੀਨੇ 'ਚ ਤੁਹਾਡੇ ਅੱਜ ਵੀਜ਼ਾ ਤੁਸੀਂ ਫਲਾਈ ਕਰ ਲੈਂਦੇ ਹੋ ਉੱਥੇ ਪੜ੍ਹ ਕੇ ਅੱਗੇ ਬਥੇਰੀਆਂ ਕੰਟਰੀ ਦੇ ਆਪਸ਼ਨ ਹੈ ਨਵੇਂ ਕਾਲਜਸ ਆਰ ਐਸ ਗਲੋਬਲ ਦੇ ਪਟਾਰੇ 'ਚ ਆ ਗਏ ਨੇ ਜਿਨ੍ਹਾਂ 'ਚ ਤੁਸੀਂ US UK ਨਿਊਜ਼ੀਲੈਂਡ ਆਸਟ੍ਰੇਲੀਆ ਹੋਰ ਕਈ ਕੰਟਰੀ 'ਚ ਮਾਈਗ੍ਰੇਸ਼ਨ ਕਰ ਸਕਦੇ ਹੋ ਡਿਟੇਲ ਦੇ ਵਿੱਚ ਜਾਣਕਾਰੀ ਅਗਲੇ ਸ਼ੋਅ 'ਚ ਦੱਸਾਂਗੇ ਆਪਣੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਕੀ ਗੱਲਾਂ ਚੰਗੀਆਂ ਲੱਗੀਆਂ ਕੀ ਮਾੜੀਆਂ ਗੱਲਾਂ ਲੱਗੀਆਂ ਫੀਡਬੈਕ ਜ਼ਰੂਰ ਭੇਜ ਦਿਓ ਫੀਡਬੈਕ ਦੇ ਜ਼ਰੀਏ ਆਪਾਂ ਆਪਣੇ ਇਸ ਸ਼ੋਅ ਨੂੰ ਹੋਰ ਜ਼ਿਆਦਾ ਸਕਸੈਸਫੁਲ ਬਣਾ ਸਕਦੇ ਹਾਂ ਤੁਹਾਡੇ ਵਿੱਚੋਂ ਹੀ ਆਪਾਂ ਦਰਸ਼ਕ ਨੂੰ ਆਪਣੇ ਸਮਝ 'ਤੇ ਬਿਠਾਉਣਾ ਚਾਹੁੰਦੇ ਹਾਂ ਸਾਡੇ ਵਟਸਐਪ ਦੇ ਜ਼ਰੀਏ ਦੇ ਤੁਸੀਂ ਆਪਣੇ ਰਿਕੁਐਸਟ ਜ਼ਰੂਰ ਭੇਜ ਸਕਦੇ ਹੋ ਰਜਿਸਟ੍ਰੇਸ਼ਨ ਖੁੱਲ ਚੁੱਕੀਆਂ ਨੇ ਜਿਹੜਾ ਬੰਦਾ ਸਿਲੈਕਟ ਹੋਏਗਾ ਹਰ ਵੀਕ ਆਪਾਂ ਨੂੰ ਇਸ ਮੰਚ ਦੇ ਉੱਤੇ ਤੁਹਾਡੇ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰੇਗਾ ਧੰਨਵਾਦ ਰਾਹੀ ਸਾਹਿਬ ਸ਼ੋਅ ਦੇ ਦੌਰਾਨ ਦਰਸ਼ਕਾਂ ਜਾਣਕਾਰੀ ਦਿੱਤੀ ਦੋਸਤੋ ਸਾਡਾ ਸੱਤ ਸਮੁੰਦਰੋਂ ਪਾਰ ਦਾ ਫੇਸਬੁੱਕ ਪੇਜ ਹੈਗਾ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਸੱਤ ਸਮੁੰਦਰੋਂ ਪਾਰ ਫੇਸਬੁੱਕ 'ਤੇ ਸਰਚ ਕਰੋਗੇ ਤਾਂ ਸਾਡਾ ਪੇਜ ਆ ਜਾਏਗਾ ਉੱਥੇ ਤੁਸੀਂ ਸਾਨੂੰ ਰਿਕੁਐਸਟ ਭੇਜ ਕੇ ਆਪਣਾ ਸਵਾਲ ਭੇਜ ਕੇ ਸੈਲਫੀ ਦੇ ਰਾਹੀਂ ਆਪਣਾ ਸਵਾਲ ਭੇਜ ਕੇ ਆਪਣਾ ਜਿਹੜਾ ਹੈਗਾ ਇੱਕ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਚਾਰਜਸ ਨਹੀਂ ਨੇ ਅੱਜ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ ਕੱਲ੍ਹ ਨੂੰ ਇਸੇ ਸਮੇਂ ਇਸੇ ਚੈਨਲ 'ਤੇ ਫਿਰ ਹਾਜ਼ਰ ਹੋਵਾਂਗਾ ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ